ਸ਼ਾਂਤਮਈ ਪ੍ਰਦਰਸ਼ਨ ਆ ਰਹੇ ਸੀਗੇ ਪਰ ਮੈਨੂੰ ਲੱਗਦਾ ਕਿ ਸ਼ਾਂਤਮਈ ਪ੍ਰਦਰਸ਼ਨ ਦੇ ਗੁੰਡਾਗਰਦੀ ਪ੍ਰਦਰਸ਼ਨ 'ਚ ਕੋਈ ਡਿਫਰੈਂਸ ਨਹੀਂ ਰਹਿ ਗਿਆ। मारियां शुरू करती हैं लोग डिगन दे कोई फर्क नहीं पै रहा थे किसान एक साथ मजदूर जड़े डिग गए थे उन्होंने चक्कर आ गए उन्होंने मुक्की मारी गई उन्होंने छाती दे उस तो बावजूद भी वह चीज छड के दूजी साइड में वह फिर धक्केशाही कर रहे हैं। बस लगता 26 जनवरी वाले दिन जो सा कारा होया ये सीएम साहब तक गल पहुँचनी चाहिए है। सीएम साहब जी जो कान नहीं खुले ना अखा खोल के आ देखो तो जनता न की हो रहा थोड़ी प्रजा की हो रहा अग पैर च रोल रही है कोई इज्जत नहीं हैगी जो थानू बजुर्गों की इज्जत का परवाह नहीं उन्होंने सिर के पग की इज्जत की तरह इज्जत रखो। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰਾ ਨਾਮ ਸਿਮਰਨ ਹੈਗਾ ਅਤੇ ਅੱਜ ਅਸੀਂ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਸੀਗੇ ਪਰ ਮੈਨੂੰ ਲੱਗਦਾ ਕਿ ਸ਼ਾਂਤਮਈ ਪ੍ਰਦਰਸ਼ਨ ਦੇ ਗੁੰਡਾਗਰਦੀ ਪ੍ਰਦਰਸ਼ਨ 'ਚ ਕੋਈ ਡਿਫਰੈਂਸ ਨਹੀਂ ਰਹਿ ਗਿਆ। ਅਸੀਂ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਸਾਡੇ ਹੱਥਾਂ 'ਚ ਕੁਛ ਵੀ ਨਹੀਂ ਇਹਨਾਂ ਨੇ ਇੰਨੀ ਧੱਕੇਸ਼ਾਹੀ ਕੀਤੀ ਨਾ ਇਹਨਾਂ ਨੇ ਬਜ਼ੁਰਗ ਦੇਖੇ ਨਾ ਇਹਨਾਂ ਨੇ ਬੱਚੇ ਦੇਖੇ ਨਾ ਔਰਤਾਂ ਦੇਖੀਆਂ ਧੱਕੇਸ਼ਾਹੀ ਸ਼ੁਰੂ ਕਰਤੀ ਧੱਕੇ ਮਾਰਨੇ ਸ਼ੁਰੂ ਕਰਤੇ ਮੁੱਕੀਆਂ ਮਾਰੀਆਂ ਸ਼ੁਰੂ ਕਰਤੀਆਂ ਲੋਕ ਡਿੱਗਣ ਦੇ ਨਾਲ ਕੋਈ ਫਰਕ ਨਹੀਂ ਪੈ ਰਿਹਾ ਇੱਥੇ ਕਿਸਾਨ ਇੱਕ ਸਾਥ ਮਜ਼ਦੂਰ ਜਿਹੜੇ ਆ ਉਹਨਾਂ ਨੂੰ ਉਹ ਡਿੱਗ ਗਏ ਸੀਗੇ ਉਹਨਾਂ ਨੂੰ ਚੱਕਰ ਆ ਗਏ ਉਹਨਾਂ ਨੂੰ ਮੁੱਕੀ ਮਾਰੀ ਗਈ ਉਹਨਾਂ ਦੇ ਛਾਤੀ ਦੇ ਵਿੱਚ ਉਸ ਤੋਂ ਬਾਵਜੂਦ ਵੀ ਉਹ ਚੀਜ਼ ਛੱਡ ਕੇ ਦੂਜੀ ਸਾਈਡ ਨੂੰ ਉਹ ਫਿਰ ਧੱਕੇਸ਼ਾਹੀ ਕਰ ਰਹੇ ਨੇ। ਬਜ਼ੁਰਗਾਂ ਦੀ ਕੋਈ ਇੱਜ਼ਤ ਨਹੀਂ ਇੱਥੇ ਰਹਿ ਗਈ। ਮੈਨੂੰ ਲੱਗ ਰਿਹਾ ਕਿ ਪੁਲਿਸ ਪ੍ਰਸ਼ਾਸਨ ਦੇ ਲੋਕਾਂ ਦੇ ਇਨਸਾਨੀਅਤ ਜਿਹੜੀ ਆ ਮਰ ਚੁੱਕੀ ਹੈਗੀ ਆ। ਕੀ ਕਾਰਨ ਸੀਗਾ ਅੱਜ ਧੱਕੇ ਮੁੱਕੇ ਹੋਣ ਦਾ? ਧੱਕੇ ਮੁੱਕੀ ਹੋਣ ਦਾ ਸਾਨੂੰ ਨਹੀਂ ਪਤਾ ਲੱਗਾ ਕੀ ਕਾਰਨ, ਕਿਉਂਕਿ ਅਸੀਂ ਤਾਂ ਜਿਹੜਾ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਸਾਨੂੰ ਸ਼ਾਂਤਮਈ ਪ੍ਰਦਰਸ਼ਨ ਕਰਨ ਦਾ ਆਪਣੇ ਵਿਚਾਰ ਪ੍ਰਗਟਾਉਣ ਦਾ ਸੰਵਿਧਾਨ ਵੱਲੋਂ ਹੱਕ ਮਿਲਿਆ। ਮੈਨੂੰ ਨਹੀਂ ਲੱਗਦਾ 26 ਜਨਵਰੀ ਵਾਲੇ ਦਿਨ ਜਿਹੜਾ ਆ ਸਾਡੇ ਨਾਲ ਕਾਰਾ ਹੋਇਆ ਇਹ ਸੀਐਮ ਸਾਹਿਬ ਤੱਕ ਗੱਲ ਪਹੁੰਚਣੀ ਚਾਹੀਦੀ ਹੈ। ਸੀਐਮ ਸਾਹਿਬ ਜੀ ਜੇ ਤੁਹਾਡੇ ਕੰਨ ਨਹੀਂ ਖੁੱਲ੍ਹੇ ਨਾ ਅੱਖਾਂ ਖੋਲ ਕੇ ਆ ਦੇਖੋ ਤੁਹਾਡੀ ਜਨਤਾ ਨਾਲ ਕੀ ਹੋ ਰਿਹਾ ਤੁਹਾਡੀ ਪ੍ਰਜਾ ਨਾਲ ਕੀ ਹੋ ਰਿਹਾ। ਪੱਗ ਪੈਰਾਂ 'ਚ ਰੋਲ ਰਹੀ ਹੈ ਕੋਈ ਇੱਜ਼ਤ ਨਹੀਂ ਹੈਗੀ ਜੇ ਤੁਹਾਨੂੰ ਬਜ਼ੁਰਗਾਂ ਦੀ ਇੱਜ਼ਤ ਦਾ ਪ੍ਰਵਾਹ ਨਹੀਂ ਉਹਨਾਂ ਦੇ ਸਿਰ ਦੀ ਪੱਗ ਦੀ ਇੱਜ਼ਤ ਦੀ ਤਰ੍ਹਾਂ ਇੱਜ਼ਤ ਰੱਖੋ। ਅਸੀਂ ਅੱਜ ਦੀ ਨੌਜਵਾਨ ਪੀੜ੍ਹੀਆਂ ਜੇ ਅੱਜ ਅਸੀਂ ਆ ਦੇਖ ਰਹੇ ਹਾਂ ਸਾਡੇ ਨਾਲ ਕੀ ਹੋ ਰਿਹਾ। ਇੱਕ ਤਾਂ ਸਾਡੇ ਘਾਟਾਂ ਅਤੇ ਠੰਡ ਦੀ ਰਾਤਾਂ ਵਿੱਚ ਬਾਰਿਸ਼ ਦੀ ਬਾਰਿਸ਼ ਹੋ ਰਿਹਾ ਪਾਣੀ ਸਾਰਾ ਖੜਿਆ ਅਸੀਂ ਕਿੱਦਾਂ ਰਹਿ ਰਹੇ ਸਾਡੀ ਜ਼ਿੰਦਗੀ ਕਿੱਦਾਂ ਬੀਤਣੀ ਤੁਹਾਨੂੰ ਨਹੀਂ ਪਤਾ ਹੈ। ਤੁਸੀਂ ਇੱਥੇ ਲਤੀਫਪੁਰਾ ਦੇ ਵਿੱਚ? ਹਾਂਜੀ ਹਾਂਜੀ। ਤੇ ਕੀ ਕਰਦੇ, ਸਟੱਡੀ ਕਰਦੇ ਹੋ ਤੁਸੀਂ? ਹਾਂਜੀ ਹਾਂਜੀ।